ਦੇਖੇ ਗਏ ਤਿੰਨ ਸ਼ੱਕੀ। ਬੀਤੀ ਰਾਤ ਤਿੰਨ ਸ਼ੱਕੀ ਦੇਖਣ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਘਰ ਦੀ ਕੰਧ ਟੱਪ ਕੇ ਸ਼ੱਕੀ ਬੰਦਿਆਂ ਵੱਲੋਂ ਪਰਿਵਾਰ ਤੋਂ ਰੋਟੀ ਮੰਗੀ ਗਈ, ਪਰ ਪਰਿਵਾਰ ਵੱਲੋਂ ਗੇਟ ਨਹੀਂ ਖੋਲਿਆ ਗਿਆ ਤੇ ਫਿਰ ਉਹ ਸ਼ੱਕੀ ਭੱਜ ਗਏ। ਪਰਿਵਾਰ ਨੇ ਇਸ ਦੀ ਖਬਰ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਤੇ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਸਰਚ ਕਰਕੇ ਇਸ ਦੀ ਛਾਣਬੀਨ ਕੀਤੀ ਜਾ ਰਹੀ ਹੈ। ਬਾਕੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂ ਬਾਕੀ ਗੱਲ ਸਰ ਇਦਾਂ ਹੀ ਮੂਵਮੈਂਟ ਪਹਿਲੇ ਤੁਹਾਨੂੰ ਨੀ ਪਤਾ ਕਿੱਧਰੋਂ ਆਇਆ ਕਿੱਧਰੋਂ ਨੀ, ਉਹਨਾਂ ਨੇ ਸਿੱਧੇ ਆਉਂਦੇ ਹੀ ਪਹਿਲਾਂ ਉਹ ਆਵਾਜ਼ ਦਿੱਤੀ ਹੈ ਕਿ ਵੇ ਉੱਠੋ ਸਾਡੀ ਭੁੱਖ ਲੱਗੇ ਰੋਟੀ ਦਿਓ, ਤਿੰਨ ਚਾਰ ਵਾਰੀ ਉਹਨਾਂ ਬੋਲਿਆ। ਉਹਦੇ ਬਾਅਦ ਫਿਰ ਪਰਦੇ ਦੇ ਰੇਜਰ ਲਾਈਟ ਮਾਰੀ ਆ ਰੈਡ ਕਲਰ ਦੀ, ਮਤਲਬ ਡਰਾਉਣ ਦੀ ਕੋਸ਼ਿਸ਼ ਕੀਤੀ ਹੈ, ਗਨ ਪੁਆਇੰਟ ਤੇ ਧੁੱਕ ਲੈ ਰਹੇ ਆ, ਅਸੀਂ ਨੀ ਉੱਠੇ, ਅਸੀਂ ਕੋਈ ਮੂਵਮੈਂਟ ਨਹੀਂ ਕੀਤੀ। ਫਿਰ ਮੈਂ ਜਰਾ ਕਰ ਇੱਧਰ ਮੂੰਹ ਕਰੀਆ ਦੇਖਿਆ ਇਹਨੇ ਕੀ ਉੱਥੇ ਤਿੰਨ ਬੰਦੇ ਦੀਵਾਰ ਨਾਲ ਖੜੇ ਸੀ। ਉਹਦੇ ਬਾਅਦ ਉਹਨਾਂ ਕਮ ਸੇ ਕਮ 4:30 ਵਜੇ ਮੂਵਮੈਂਟ ਕੀਤੀ।